ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਭਾਈ ਮੈਨੂੰ ਲੱਗਦਾ ਹੈ ਕਿ ਕੇਂਦਰੀ ਸਰਕਾਰ ਪੰਜਾਬ ਨੂੰ ਦੇਜਦਾ ਹਿੱਸਾ ਹੀ ਨਹੀਂ ਮੰਨਦੀ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕੇਂਦਰ ਸਰਕਾਰ ਤੁਲੀ ਹੋਈ ਹੈ 10000 ਕਰੋੜ ਰੁਪਿਆ ਜੀਐਸਟੀ ਦਾ ਬਕਾਇਆ ਹੈ ਜਾਣ ਬੁਝ ਕੇ ਰੋਕ ਕੇ ਬੈਠ ਗਈ ਭਾਈ ਜਦੋਂ ਕਿਸਾਨਾਂ ਨੇ ਕਹਿਤਾ ਕਿ ਜ਼ਰੂਰੀ ਸਮਾਨ ਦੀਆਂ ਰੇਲ ਗੱਡੀਆਂ ਜਿਹੜੀਆਂ ਹੈਗੀਆਂ ਆਉਣ ਦਿਓ ਤੁਸੀਂ ਕਿਉਂ ਨਹੀਂ ਆਉਂਦੇ ਰਹੇ ਔਰ ਕਿਉਂ ਰੋਕ ਕੇ ਬੈਠੇ ਹੋ ਤੁਹਾਡਾ ਇਰਾਦਾ ਕੀ ਹੈ ਔਰ ਮੈਨੂੰ ਹੈਰਾਨਗੀ ਹੈ ਕਿ ਕਾਲੀ ਦਲ ਵੀ ਐਸੇ ਗੱਲ ਕਰ ਰਿਹਾ ਬਈ ਕਾਲੀਦਾਨ ਵਾਲਿਓ ਸੁਖਬੀਰ ਬਾਦਲ ਸਪਾਰੀ ਲੈ ਕੇ ਆਇਆ ਸੀ ਇਹ ਕੇਂਦਰ ਦੀ ਸਰਕਾਰ ਦਾ ਏਜੰਟ ਬਣ ਕੇ ਆਇਆ ਸੀ ਤੇ ਉਹਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਸਮਝਾਵਾਂਗੇ ਪੰਜਾਬ 'ਚ ਬਿੱਲ ਲਾਗੂ ਕਰਾਵਾਂਗੇ ਇਹ ਤੇ ਤੁਸੀਂ ਤੇ ਪੰਜਾਬ 'ਚ ਬਿੱਲ ਲਾਗੂ ਕਰਾਣ ਆਏ ਸੀ ਤੁਸੀਂ ਕਿੱਥਾ ਕਿਸਾਨਾਂ ਦੇ ਹੱਕਦਾਰ ਬਣ ਕੇ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨ ਦੀ ਤੁਹਾਡੀ ਜੁਰਤ ਨਹੀਂ तो कारोबारलना सिर्फ इकती घंटिया मोबाइल चौरासी तीन सो चुहत्तर चौरानवे छे सो संतरा तीन सो चुहत्तर चौरानवे छे सो अड़ताली